ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦੇ ਬੰਧਨਾਂ ਤੋਂ, ਕਰਮ ਕਾਂਡਾਂ ਤੋਂ, ਅੰਧ ਵਿਸ਼ਵਾਸ ਤੋਂ ਅਤੇ ਦੇਹਧਾਰੀ ਗੁਰੂਆਂ ਤੋਂ ਮੁਕਤ ਹੋਣ ਦੀ ਸਾਨੂੰ ਸਲਾਹ ਦਿੱਤੀ। ਭਾਵੇਂ ਪਹਿਲੇ 9 ਗੁਰੂ ਸਰੀਰਾਂ ਵਿੱਚ ਆਏ ਪਰ ਫਿਰ ਵੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗੁਰੂ ਦਾ ਮੁੱਢ ਬੰਨ ਦਿੱਤਾ। ਸ਼ਬਦ ਗੁਰੂ ਸੁਰਤ ਧੰਨ ਚੇਲਾ ਦੇ ਅਨੁਸਾਰ ਕਹਿ ਕੇ ਹੁਣ ਅਸੀਂ ਗਿਆਨੀ ਤਰਸੇਮ ਸਿੰਘ ਜੀ ਨਾਲ ਗੱਲ ਕਰਾਂਗੇ, ਜੋ ਅੱਜ ਕੱਲ੍ਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਉਲਟ ਆਪਣੇ ਇੱਥੇ ਪੰਜਾਬ ਵਿੱਚ ਹੋ ਰਿਹਾ। ਗਿਆਨੀ ਜੀ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਰਮ ਕਾਂਡ ਤੋਂ, ਅੰਧ ਵਿਸ਼ਵਾਸ ਤੋਂ ਜਾਂ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਕੀਤਾ, ਪਰ ਹੁਣ ਵੀ ਅਸੀਂ ਦੇਖਦੇ ਹਾਂ ਸਾਡੇ ਸਿੱਖ ਜਗਤ ਵਿੱਚ ਕਰਮ ਕਾਂਡਾਂ ਦਾ, ਅੰਧ ਵਿਸ਼ਵਾਸ ਦਾ ਬੋਲਬਾਲਾ ਉਹੋ ਹੀ ਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸੋ ਸਭ ਤੋਂ ਪਹਿਲਾਂ ਪੰਜਾਬ ਟਾਈਮ UK ਜੋ ਸਟੂਡੀਓ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਅਸਲ ਬਹੁਤ ਵਧੀਆ ਤੁਸਾਂ ਨੇ ਸਵਾਲ ਕੀਤਾ। ਸੋ ਸਰਦਾਰ ਬਲਜੀਤ ਸਿੰਘ ਜੀ, ਸਾਨੂੰ ਲੋੜ ਵੀ ਹੈ, ਜਿਹੜਾ ਅੰਧ ਵਿਸ਼ਵਾਸ ਦਾ ਕਾਰਜ ਇੰਨਾ ਜ਼ਿਆਦਾ ਪ੍ਰਫੁੱਲਤ ਦੁਆਰਾ ਹੋ ਗਿਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, 550 ਸਾਲਾਂ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਉਹਨਾਂ ਨੇ ਜਿਹੜੀਆਂ ਕਰਮ ਕਾਂਡਾਂ ਤੋਂ ਸਾਨੂੰ ਵਰਜਿਆ ਸੀ, ਅਸੀਂ ਉਹ ਦੁਆਰਾ ਉਹਨਾਂ 'ਚ ਪੈ ਗਏ। ਕਿਉਂਕਿ ਮਹਾਰਾਜ ਕਹਿੰਦੇ, ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸ਼ਬਦ ਨੇ। ਉਹ ਕਹਿੰਦੇ ਵੀ ਨਾ ਤੂੰ ਮਸਾਣਾ 'ਚ ਹੀ ਜਾਣਾ, ਠੀਕ ਆ, ਉਹਦੀ ਪੂਜਾ ਨਹੀਂ, ਕੋਈ ਪੱਤਰਾਂ ਦੀ ਪੂਜਾ ਨਹੀਂ ਕਰਨੀ, ਜਿਹੜੇ ਕੰਮ ਤੋਂ ਸਾਨੂੰ ਰੋਕਿਆ ਗਿਆ। ਮਹਾਰਾਜ, ਜੋ ਠਾਕੁਰ ਕੋ ਕਹਿਤੇ ਦੇ ਤਿਨਕੀ ਬਿਰਥਾ ਜਾਵੇ ਸੇ, ਸਤਿਗੁਰੂ ਕਹਿ ਰਹੇ ਆ। ਉਹ ਕਹਿੰਦੇ ਵੀ ਪੱਥਰਾਂ ਦੇ ਵਿੱਚੋਂ ਜਿਹਦੇ 'ਚ ਆਪ 'ਚ ਜਾਨ ਨਹੀਂ ਤਾਂ ਤੁਹਾਡੇ 'ਚ ਜਾਨ ਪਾਵੇਗਾ ਕਿਵੇਂ? ਬਿਲਕੁਲ। ਪਰ ਅਸੀਂ ਪਤਾ ਨਹੀਂ ਕਿਉਂ ਉਹਨਾਂ ਚੀਜ਼ਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਅੰਧ ਵਿਸ਼ਵਾਸ, ਸ਼ਾਇਦ ਉਹ ਡੇਰੇਦਾਰ ਅੱਜ ਵੀ ਡੰਮ ਗੁਰੂ ਜਿਹੜੇ ਆ ਉਹਨਾਂ ਨੇ ਆਪੋ ਆਪਣਾ ਕੰਮ ਚਲਾ ਲਿਆ। ਕਿਉਂ ਚਲਾਇਆ, ਇਹਦਾ ਕਾਰਨ ਕੀ ਬਣਿਆ? ਜਿੰਨਾ ਚਿਰ ਅਸੀਂ ਲੋਕ ਆਪਣੇ ਬੱਚਿਆਂ ਨੂੰ ਵੀ ਬਾਣੀ ਦੇ ਨਾਲ ਨਹੀਂ ਜੋੜਦੇ, ਕੁਛ ਨਾ ਕੁਛ ਕਮਾਉਣਾ ਪੈਣਾ, ਮਾਲਕ ਨਾਲ ਜੁੜਨਾ ਪੈਣਾ। ਬਾਣੀ ਪੜ੍ਹਨੀ ਹੈ, ਇਕੱਲੀ ਪੜ੍ਹਨੀ ਨਹੀਂ, ਕਿਉਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੜ੍ਹ ਪੜ੍ਹ ਗੱਡੀ ਲਦੀ ਹੈ, ਪੜ੍ਹ ਪੜ੍ਹ ਭਰੀਏ ਸਾਥ। ਵੀ ਇਹ ਨਾ ਵੀ ਪੜ੍ਹ ਪੜ੍ਹ ਕੇ ਤੂੰ ਕਹੇ ਮੈਂ ਇੰਨਾ ਕੁ ਗਿਆਨ ਕਰ ਲਿਆ, ਮੈਂ ਪੜ੍ਹਿਆ ਬਹੁਤ ਕੁਛ ਹੈ। ਪਰ ਬਾਪੂ ਕਹਿੰਦਾ ਵੀ ਪੜ੍ਹਨਾ ਵੀ ਜ਼ਰੂਰੀ ਹੈ, ਪਰ ਇਹਨੂੰ ਵਿਚਾਰਨਾ ਵੀ ਜ਼ਰੂਰੀ, ਵਿਚਾਰਨ ਤੋਂ ਬਾਅਦ ਅਮਲ ਕਰਨਾ ਵੀ ਜ਼ਰੂਰੀ, ਅਮਲ ਵੀ। ਆਪਾਂ ਕਈ ਵਾਰੀ ਜਪਜੀ ਸਾਹਿਬ ਦਾ ਉਹਦਾ ਮੂਲ ਹੈ, ਉਹਦਾ ਆਧਾਰ ਹੈ ਸਾਰਾ ਕੁਛ ਹੀ। ਆਪਾਂ ਇਹ ਗੱਲ ਗੁਰਬਾਣੀ ਦੁਆਰਾ ਹੀ ਮਰ ਕੇ ਮੰਨੇ ਕਿ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਹਿ ਬਹਿ ਕਰਨ ਵਿਚਾਰ। ਬਾਪੂ ਕਹਿੰਦਾ ਬਹਿ ਵਿਚਾਰ ਤਾਂ ਕਰ, ਜਦੋਂ ਤੂੰ ਗੁਰਬਾਣੀ ਨੂੰ ਵਿਚਾਰ ਨਾਲ ਪੜ੍ਹੇਗਾ ਤੈਨੂੰ ਗਿਆਨ ਹੋ ਜਾਣਾ, ਅਤੇ ਜਦੋਂ ਤੈਨੂੰ ਇਹ ਗੱਲ ਦਾ ਗਿਆਨ ਹੋ ਗਿਆ, ਗੁਰੂ ਦੇ ਬਚਨ ਨੂੰ ਮੰਨਿਆ, ਸੁਣ ਲਿਆ, ਸੁਣ ਕੇ ਮੰਨ ਲਿਆ, ਆਪਣੇ ਹਿਰਦੇ 'ਚ ਵਸਾ ਲਿਆ, ਤਾਂ ਮੇਰਾ ਖਿਆਲ ਆ ਤੈਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। ਕਿਉਂਕਿ ਮਹਾਰਾਜ ਨੇ ਅੱਜ ਦੇ ਸਮੇਂ ਅੰਦਰ ਜਿਹਦੀ ਆਪਾਂ ਡੰਮ ਗੁਰੂ ਦੀ ਤੁਸਾਂ ਨੇ ਗੱਲ ਕੀਤੀ ਆ, ਮਹਾਰਾਜ ਕਹਿੰਦੇ ਭੇਖ ਦਿਖਾਵਾ ਜਗਤ ਕੋ ਲੋਗਣ ਕੋ ਵਸ ਕੀ, ਲੋਕਾਂ ਨੂੰ ਵਸ ਕਰਨ ਵਾਸਤੇ ਦਿਖਾਵਾ ਬਹੁਤਿਆਂ ਨੇ ਕੀਤਾ ਹੋਇਆ। ਪਰ ਜਦੋਂ ਉਹਨਾਂ ਦੇ ਅੰਦਰਲੀ ਅਵਸਥਾ, ਮੈਂ ਐਸਾ ਵੀ ਸੁਣਿਆ ਕਈ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਣ ਵਾਲੇ ਲੋਕ, ਉਹਨਾਂ ਨੇ ਕਿਹਾ ਮੈਂ ਪੂਰਨ ਸੰਤ ਹਾਂ। ਇੱਥੋਂ ਉੱਦਾਂ ਹੀ ਸਿੱਧ ਹੋ ਗਿਆ ਵੀ ਪੂਰਨ ਸੰਤ ਹੈਗਾ ਕਿ ਨਹੀਂ ਹੈਗਾ, ਕਿਉਂਕਿ ਆਪਾਂ ਸਪਸ਼ਟੀਕਰਨ ਦੇ ਦਿੱਤਾ। ਕਿਉਂਕਿ ਸਾਨੂੰ ਇਹਨਾਂ ਲੋਕਾਂ ਤੋਂ ਬਚਣਾ ਪੈਣਾ, ਮਾਰਗ ਬਚਣ ਵਾਸਤੇ ਵੀ ਸਾਨੂੰ ਬਾਣੀ ਨਾਲ ਜੁੜਨਾ ਪੈਣਾ, ਬਾਣੀ ਨੂੰ ਆਪ ਵਿਚਾਰਨਾ ਪੈਣਾ, ਵਿਚਾਰ ਕੇ ਉਹਦੇ 'ਤੇ ਚੱਲਣਾ ਪੈਣਾ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਏ, ਪਾਊ ਕੌਣ? ਜਿਹੜਾ ਖੋਜ ਕਰੂਗਾ, ਕਿਉਂਕਿ ਵਿਚਾਰ ਕਰਨ ਦੇ ਨਾਲ, ਅਤੇ ਨਹੀਂ ਤਾਂ ਅਸੀਂ ਕਰਮ ਕਾਂਡਾਂ 'ਚ ਪੈਕ ਕਰਕੇ ਆਪਣਾ ਆਪ ਗਵਾਈ ਤੁਰੇ ਜਾ ਰਹੇ। ਇਹਨਾਂ ਚੀਜ਼ਾਂ 'ਚ ਹੈ ਕੁਛ ਵੀ ਨਹੀਂ। ਮਹਾਰਾਜ ਨੇ ਜਿਹਨਾਂ ਚੀਜ਼ਾਂ ਤੋਂ ਸਾਨੂੰ ਵਰਚਿਆ, ਮਾਲਕ ਕਹਿੰਦਾ ਵੀ ਉਹਦੇ ਗੁਰੂ ਦੇ ਹੁਕਮ ਅਨੁਸਾਰ ਚੱਲ, ਬਾਣੀ ਨਾਲ ਜੁੜ, ਬਾਣੀ ਨਾਲ ਜੁੜੇਗਾ ਨਾ। ਕਿਉਂਕਿ ਧਰਮ ਕੋਈ ਨਹੀਂ ਮਾੜਾ ਹੁੰਦਾ, ਆਪਾਂ ਇਹ ਨਹੀਂ ਕਹਿੰਦੇ ਵੀ ਧਰਮ ਫਲਾਨਾ ਮਾੜਾ ਹੈ, ਮਾੜਾ ਕੋਈ ਨਹੀਂ। ਆਪੋ ਆਪਣੇ ਧਰਮ 'ਚ ਹਰ ਇੱਕ ਬੰਦਾ ਆਪਣੇ ਇਸ਼ਟ ਨੂੰ ਮਿਲਣ ਵਾਸਤੇ ਪੂਰਾ ਤਤਪਰ ਹੈ, ਪਰ ਜੇ ਆਪਾਂ ਇੱਕ ਗੁਰਸਿੱਖ ਹੋਣ ਦੇ ਨਾਤੇ ਆਪਣੇ ਇਸ਼ਟ ਨੂੰ ਪਾਉਣਾ ਤਾਂ ਸਾਨੂੰ ਆਪਣੀ ਇਸ਼ਟ ਦੀ ਹੀ ਗੱਲ 'ਤੇ ਚੱਲਣਾ ਪੈਣਾ, ਉਹਦੇ ਹੁਕਮ ਅਨੁਸਾਰ ਚੱਲਣਾ ਪੈਣਾ। ਅਤੇ ਜੇ ਆਪਾਂ ਆਪਣੇ ਇਸ਼ਟ ਦੀ ਗੱਲ ਨਹੀਂ ਮੰਨਦੇ, ਕਿਸੇ ਹੋਰ ਦੀ ਮੰਨਦੇ ਹਾਂ, ਅਤੇ ਮਾਰ ਕੇ ਜੀਓ ਅਤੇ ਪਿੱਤਰ ਨਾ ਮਾਨੇ ਕੂ ਮੂਹੇ ਸਰਾਧ ਕਰਾਈ, ਬਿਲਕੁਲ ਵੀ ਆਪਾਂ ਆਪਣੀ ਜਿਉਂਦਿਆਂ ਨੂੰ ਮੰਨਣਾ ਨਹੀਂ
ਤੇ ਮਰਿਆਂ ਦੇ ਸ਼ਰਾਧ ਕਰਾਈ ਜਾਣੇ, ਇਹ ਕਿੱਥੋਂ ਦੀ ਗੱਲ? ਮਗਰੋਂ ਕਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ। ਬਾਪੂ ਕਹਿੰਦਾ ਭਾਈ ਜਿਉਂਦੇ ਜੀ ਉਸ ਆਪਣੇ ਇਸ਼ਟ ਦੇ ਨਾਲ ਜੁੜੋ, ਉਹਦੀ ਸੇਵਾ ਕਰੋ, ਉਹਦੇ ਹੁਕਮ ਅਨੁਸਾਰ ਚੱਲ ਕਰਕੇ ਆਪਣੇ ਜੀਵਨ ਨੂੰ ਸਵਾਰੋ। ਕਿਉਂਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿੰਦਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ, ਪੀ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਬਾਪੂ ਕਹਿੰਦਾ ਸਦਾ ਵਾਸਤੇ ਉਸ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਦਰਸ਼ਕੋ, ਸਾਨੂੰ ਪਰਮਾਤਮਾ ਦੇ ਮਾਰਗ 'ਤੇ ਤੁਰਨ ਲਈ ਲੋੜ ਆ ਬਾਣੀ ਨੂੰ ਪੜ੍ਹਨ ਦੀ, ਬਾਣੀ ਨੂੰ ਸਮਝਣ ਦੀ, ਬਾਣੀ 'ਤੇ ਅਮਲ ਕਰਨ ਦੀ। ਫੋਕੇ ਕਰਮ ਕਾਂਡ ਜਾਂ ਅੰਧ ਵਿਸ਼ਵਾਸ ਇੱਕ ਵਿਅਰਥ ਮਿਹਨਤ ਆ, ਇਹਦੇ ਮਗਰ ਨਾ ਲੱਗ ਕੇ ਆਓ ਗੁਰਬਾਣੀ ਨਾਲ ਜੁੜੀਏ, ਨਾਮ ਸਿਮਰਨ ਨਾਲ ਜੁੜੀਏ, ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਨੂੰ ਆਪਣੇ ਅਮਲ ਵਿੱਚ ਲਿਆਈਏ। ਮੈਂ ਗਿਆਨੀ ਤਰਸੇਮ ਸਿੰਘ ਜੀ ਕੋਮਲ ਦਾ ਤਹਿ ਦਿਲੋਂ ਧੰਨਵਾਦ ਹਾਂ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਦਰਸ਼ਕਾਂ ਦੇ ਰੂਬਰੂ ਕੀਤੇ।